ਇਹ ਹੈ ਜੀ ਸਾਡੀ ਐਪ। ਫਰੈਂਡਸ, ਮੈਂ ਹਾਂ ਅਰਮਿੰਦ ਕੌਰ ਅਤੇ ਮੈਂ ਪੜ੍ਹਦੀ ਹਾਂ ਗ੍ਰੇਡ 7 BRS ਗਲੋਬਲ ਸਕੂਲ ਵਿੱਚ। ਅਤੇ ਅੱਜ ਮੈਂ ਇੱਕ ਐਪ ਬਣਾਈ ਹੈ ਜਿਹਦਾ ਨਾਮ ਹੈ ਟੋਕ ਟੂ ਮੀ। ਇਹ ਐਪ ਮੈਂ ਬਣਾਈ ਹੈ ਕੋਡ ਟੂ ਪਲੇ ਵਿੱਚ। ਅਤੇ ਅੱਜ ਮੈਂ ਇਸ ਐਪ ਦੇ ਬਾਰੇ ਤੁਹਾਨੂੰ ਦੱਸਣ ਜਾ ਰਹੀ ਹਾਂ। ਪਹਿਲਾ ਸਟੈਪ ਜੋ ਤੁਸੀਂ ਕਰਨਾ ਹੈ, ਅੱਗੋਂ ਲੋਗਿਨ ਕਰਨਾ ਹੈ ਕੋਡ ਟੂ ਪਲੇ ਦੀ ਵੈਬਸਾਈਟ ਵਿੱਚ। ਅਤੇ ਤੁਸੀਂ ਸਾਈਨ ਇਨ ਕਰਨਾ ਆਪਣੇ ਗੂਗਲ ਅਕਾਊਂਟ ਵਿੱਚ। ਅਤੇ ਇਹ ਪੇਜ ਆ ਜਾਏਗਾ। ਇੱਥੇ ਅਸੀਂ ਹਾਂਜੀ ਡਿਜ਼ਾਇਨਰ ਇੰਟਰਫੇਸ ਵਿੱਚ ਇੱਥੇ ਹੈਗੇ ਹੈ ਪੈਲੇਟ, ਵਿਊਅਰ, ਕੰਪੋਨੈਂਟਸ, ਪ੍ਰੋਪਰਟੀਜ਼ ਅਤੇ ਮੀਡੀਆ ਸੈਕਸ਼ਨ। ਹੁਣ ਸਾਨੂੰ ਇੱਕ ਕੰਪੋਨੈਂਟ ਚਾਹੀਦਾ ਜਿਹਦਾ ਨਾਮ ਟੈਕਸਟ ਬੋਕਸ ਹੈ, ਉਹ ਸਾਨੂੰ ਮਿਲੇਗਾ ਇੱਥੋਂ। ਅਤੇ ਪੈਲੇਟ ਦੇ ਅੰਦਰ ਇਹਨੂੰ ਆਪਾਂ ਵਿਊ ਵਿੱਚ ਡਰੈਗ ਐਂਡ ਡ੍ਰੌਪ ਕਰ ਦਾਂਗੇ। ਅਤੇ ਹੁਣ ਸਾਨੂੰ ਚਾਹੀਦਾ ਇੱਕ ਸਪੀਕ ਬਟਨ ਜੋ ਆਪਾਂ ਨੂੰ ਮਿਲੇਗਾ ਇੱਥੋਂ, ਤਾਂ ਆਪਾਂ ਇਹਨੂੰ ਡਰੈਗ ਐਂਡ ਡ੍ਰੌਪ ਕਰ ਦਾਂਗੇ ਵਿਊ ਸੈਕਸ਼ਨ ਵਿੱਚ। ਅਤੇ ਹੁਣ ਆਪਾਂ ਇਹਨੂੰ ਰੀਨੇਮ ਕਰਨਾ, ਆਪਾਂ ਇੱਥੇ ਕਲਿੱਕ ਕਰਾਂਗੇ ਸਪੀਕ ਲਿਖ ਕੇ, ਓਕੇ ਕਰ ਦਾਂਗੇ। ਹੁਣ ਆਪਾਂ ਚਾਹੁੰਦੇ ਹਾਂ ਇਹ ਵਿਊਅਰ ਸੈਕਸ਼ਨ ਵਿੱਚ ਵੀ ਸਪੀਕ ਲਿਖਿਆ ਹੈ, ਤਾਂ ਆਪਾਂ ਇਹਦੀ ਪ੍ਰੋਪਰਟੀਜ਼ ਵਿੱਚ ਜਾਵਾਂਗੇ। ਇੱਥੇ ਸਾਨੂੰ ਇੱਕ ਆਪਸ਼ਨ ਮਿਲੇਗੀ ਟੈਕਸਟ, ਇੱਥੇ ਆਪਾਂ ਸਪੀਕ ਟਾਈਪ ਕਰ ਦਾਂਗੇ। ਅਤੇ ਹੁਣ ਸਾਨੂੰ ਇੱਕ ਕੰਪੋਨੈਂਟ ਚਾਹੀਦਾ ਜਿਹਦੇ ਨਾਮ ਹੈ ਟੈਕਸਟ ਟੂ ਸਪੀਚ, ਉਹ ਸਾਨੂੰ ਮਿਲੇਗਾ ਇੱਥੋਂ, ਤਾਂ ਆਪਾਂ ਇਹਨੂੰ ਡਰੈਗ ਐਂਡ ਡ੍ਰੌਪ ਕਰ ਦਾਂਗੇ ਵਿਊਅਰ ਸੈਕਸ਼ਨ ਵਿੱਚ। ਅਤੇ ਇਹ ਹੈ ਮੇਰਾ ਡਿਜ਼ਾਇਨ ਦਾ ਪਾਰਟ। ਹੁਣ ਆਪਾਂ ਚੱਲਦੇ ਬਲੌਕਸ ਵਿੱਚ। ਇੱਥੇ ਇਹ ਹੈ ਸਾਡਾ ਈਵੈਂਟ ਹੈਂਡਲਰ, ਇਹ ਸਾਨੂੰ ਮਿਲੇਗਾ ਇਸ ਸਪੀਕ ਬਟਨ ਤੋਂ, ਆਪਾਂ ਇਹਨੂੰ ਡਰੈਗ ਐਂਡ ਡ੍ਰੌਪ ਕਰ ਦਾਂਗੇ ਵਿਊਅਰ ਸੈਕਸ਼ਨ ਵਿੱਚ। ਹੁਣ ਸਾਨੂੰ ਚਾਹੀਦਾ ਕਾਲ ਟੈਕਸਟ ਟੂ ਸਪੀਕ ਵਨ ਸਪੀਚ ਵਨ ਟੂ ਸਪੀਕ ਮੈਸੇਜ, ਇਹ ਸਾਨੂੰ ਮਿਲੇਗਾ ਇੱਥੋਂ, ਤਾਂ ਆਪਾਂ ਇਹਨੂੰ ਡਰੈਗ ਐਂਡ ਡ੍ਰੌਪ ਕਰ ਦਾਂਗੇ ਵਿਊਅਰ ਸੈਕਸ਼ਨ ਵਿੱਚ। ਅਤੇ ਹੁਣ ਆਪਾਂ ਚਾਹੁੰਦੇ ਹਾਂ ਇਹ ਰੀਡ ਕਰੇ ਮੈਸੇਜ ਜੋ ਆਪਾਂ ਟਾਈਪ ਕਰਾਂਗੇ ਟੈਕਸਟ ਬੋਕਸ ਵਿੱਚ, ਅਤੇ ਇਹ ਬਲੌਕ ਸਾਨੂੰ ਮਿਲੇਗਾ ਇੱਥੋਂ। ਅਤੇ ਹੁਣ ਆਪਾਂ ਇਹਨੂੰ ਡਰੈਗ ਐਂਡ ਡ੍ਰੌਪ ਕਰ ਦਾਂਗੇ ਇੱਥੇ, ਇਹ ਸਾਡਾ ਬਲੌਕ ਪਾਰਟ। ਹੁਣ ਆਪਾਂ ਆਪਣੀ ਐਪ ਬਿਲਡ ਕਰਾਂਗੇ, ਇਹ ਆਪਸ਼ਨ ਹੈ, ਇੱਥੇ ਆਪਾਂ ਕਲਿੱਕ ਕਰ ਦਾਂਗੇ, ਤੁਹਾਨੂੰ ਇਹ QRP ਕੋਡ ਮਿਲ ਜਾਏਗਾ ਅਤੇ ਉਹਨੂੰ ਆਪਾਂ ਸਕੈਨ ਕਰਾਂਗੇ। ਅਤੇ ਹੁਣ ਆਪਾਂ ਆਪਣੀ ਐਪ ਖੋਲ੍ਹਾਂਗੇ, ਇਹ ਟੈਕਸਟ ਬੋਕਸ ਦਿਖ ਰਿਹਾ, ਇੱਥੇ ਆਪਾਂ ਟਾਈਪ ਕਰਾਂਗੇ ਅਤੇ ਇਸ ਬਟਨ ਨੂੰ ਕਲਿੱਕ ਕਰਾਂਗੇ। ਇਹ ਹੈ ਜੀ ਸਾਡੀ ਐਪ। ਥੈਂਕ ਯੂ। Do you want to have a quick peek into our QT Learn classrooms? Here's your chance. Register now only for ₹99 and see how coding can be so much fun.